ਕਿਹਾ ਕਿ ਜੀ ਮੋਟਰਸਾਈਕਲ ਤੇ ਵੀ ਇੱਕ ਜਣਾ ਹੀ ਬੈਠੇਗਾ, ਗੱਡੀ ਦੇ ਵਿੱਚ ਵੀ ਦੋ ਜਣੇ ਬੈਠਣਗੇ, ਪਰ ਫਿਰ ਵੀ ਲੋਕ ਜਿਹੜੇ ਲਾਪਰਵਾਹੀਆਂ ਵਰਤਦੇ ਨੇ। ਅਸੀਂ ਕਿਤੇ ਵੀ ਗਵਰਨਮੈਂਟ ਦਾ ਤਾਂ ਜੇ 20 ਤੋਂ ਜ਼ਿਆਦਾ ਬੰਦੇ ਹੁੰਦੇ ਆ ਤੇ ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੁੰਦੀ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਆ। ਮਸੂਦ ਸਾਹਿਬ ਨੂੰ ਗਵਰਨਮੈਂਟ ਦੀ ਡਿਊਟੀ ਕਰਦੇ ਹੈਗੇ ਆ, ਘਰ ਜਾਣ ਤੋਂ ਪਹਿਲਾਂ ਅਸੀਂ ਆਪਣਾ ਜਾ ਕੇ ਅਸੀਂ ਆਪਣੇ ਕੱਪੜੇ ਲਾ ਕੇ ਅਸੀਂ ਨਹਾ ਧੋ ਕੇ ਫਿਰ ਅਸੀਂ ਆਪਣੇ ਬੱਚਿਆਂ ਦੇ ਵਿਹਨੇ ਜਾ ਕੇ। ਅਸੀਂ ਫਿਰ ਵੀ ਜੋ ਗੌਰਮੈਂਟ ਦੀਆਂ ਹਦਾਇਤਾਂ ਆ ਦੁਕਾਨਾਂ ਜਿਹੜੀਆਂ ਖੁੱਲਦੀਆਂ ਉਹ ਖੁੱਲਣ ਦੇਣੀਆਂ, ਬਾਕੀ ਦੁਕਾਨਾਂ ਅਸੀਂ ਕੋਈ ਨਹੀਂ ਖੁੱਲਣ ਦੇਣੀ। ਕੋਰੋਨਾ ਵਾਇਰਸ ਦਾ ਪ੍ਰਕੋਪ ਜਿਹੜਾ ਦਿਨ ਬਰ ਦਿਨ ਵੱਧਦਾ ਨਜ਼ਰ ਆ ਰਿਹਾ। ਜੇ ਗੱਲ ਕਰੀਏ ਪੰਜਾਬ ਪੁਲਿਸ ਦੀ ਫਰੰਟ ਲਾਈਨ ਤੇ ਹੋ ਕੇ ਜਿਹੜੇ ਕੰਮ ਕਰਦੇ ਨੇ, ਮੈਂ ਇੱਕ ਵਾਰੀ ਕੈਮਰਾਮੈਨ ਕਹੂੰਗਾ ਦਿਖਾ ਦੇਵੇ ਕਿਸ ਤਰ੍ਹਾਂ ਜਿਹੜਾ ਹਾਈਟੈਕ ਨਾਕਾ ਲਗਾਇਆ ਗਿਆ, ਆਉਂਦੇ ਜਾਂਦੇ ਰੋਕਿਆ ਜਾ ਰਿਹਾ, ਪਰ ਜਿਹੜੇ ਬੇਪਰਵਾਹ ਲੋਕ ਨੇ ਲਾਪਰਵਾਹੀਆਂ ਵਰਤੇ ਨਜ਼ਰ ਆ ਰਹੇ ਨੇ। SHO 3 ਨਾਲ ਗੱਲ ਕਰਦੇ ਮੁਕੇਸ਼ ਕੁਮਾਰ ਜੀ ਨਾਲ, ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਦਿਨ ਚੜ੍ਹਦੇ ਜਿਹੜੇ ਲਾਪਰਵਾਹੀਆਂ ਵਰਤੇ ਨੇ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਆ? ਅਸੀਂ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਤੇ ਸਾਡੇ ਮਾਨਯੋਗ ਗੁਰਪ੍ਰੀਤ ਸਿੰਘ ਭੁੱਲਰ ਜੀ ਕਮਿਸ਼ਨਰ ਪੁਲਿਸ ਜਲੰਧਰ, ਉਹਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਪੂਰੀ ਇਸ ਸਖਤਾਈ ਕੀਤੀ ਹੋਈ ਆ। ਅਸੀਂ ਹਰ ਗੱਡੀ ਚੈੱਕ ਕਰਦੇ ਹਾਂ, ਕਿਸੇ ਕਾਰ ਵਿੱਚ ਦੋ ਤੋਂ ਵੱਧ ਬੰਦੇ ਜੇ ਬਹਿਣ ਤਾਂ ਅਸੀਂ ਉਹਨਾਂ ਦਾ ਚਲਾਨ ਵੀ ਕਰਦੇ ਹਾਂ। ਇੱਦਾਂ ਅਸੀਂ ਸਕੂਟਰ ਵੀ ਚੈੱਕ ਕਰਦੇ ਹਾਂ, ਜੇ ਘਰ ਦੇ ਮੈਂਬਰ ਹੋਣ ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਜੇ ਉਹ ਵੱਖਰੇ ਵੱਖਰੇ ਹੋਣ ਤਾਂ ਉਹਨਾਂ ਦਾ ਵੀ ਚਲਾਨ ਕਰਦੇ ਹਾਂ। ਸਰ, ਪਰ ਸਰਕਾਰ ਵੱਲੋਂ ਕਿਹਾ ਗਿਆ ਕਿ ਜੀ ਮੋਟਰਸਾਈਕਲ ਤੇ ਵੀ ਇੱਕ ਜਣਾ ਹੀ ਬੈਠੇਗਾ, ਗੱਡੀ ਦੇ ਵਿੱਚ ਵੀ ਦੋ ਜਣੇ ਬੈਠਣਗੇ, ਪਰ ਫਿਰ ਵੀ ਲੋਕ ਜਿਹੜੇ ਲਾਪਰਵਾਹੀਆਂ ਵਰਤਦੇ ਨੇ, ਕੋਰੋਨਾ ਦੇ ਦਿਨ ਬਰ ਦਿਨ ਕੇਸ ਜਿਹੜੇ ਵੱਧਦੇ ਨਜ਼ਰ ਆ ਰਹੇ, ਪਰ ਲੋਕ ਜਿਹੜੇ ਲਾਪਰਵਾਹੀਆਂ ਵਰਤਦੇ ਨਜ਼ਰ ਆ ਰਹੇ? ਅਸੀਂ ਲੋਕਾਂ ਨੂੰ ਅਵੇਅਰ ਵੀ ਕਰਦੇ ਹਾਂ ਤੇ ਜੇ ਅਵੇਅਰ ਵੀ ਕਰਦੇ ਹਾਂ ਤੇ ਅਵੇਅਰ ਦੇ ਨਾਲ ਨਾਲ ਅਸੀਂ ਕਾਨੂੰਨੀ ਕਾਰਵਾਈ ਨਾਲ ਨਾਲ ਕਰਦੇ ਪਏ ਹਾਂ। ਸਰ, ਤੁਸੀਂ ਜਾਣਦੇ ਹੋ ਜਿਸ ਤਰ੍ਹਾਂ ਮੈਰਿਜ ਵਗੈਰਾ ਵੀ ਰੱਖੀ ਜਾਂਦੀ, ਹੁਣ 10 ਨੇ ਲੋਕ ਦਾ ਸਮਾਗਮ ਜਾਂ ਮੈਰਿਜ, ਪਰ ਫਿਰ ਵੀ ਲੋਕ ਜਿਹੜੇ 150-150 ਦੀ ਗੈਦਰਿੰਗ ਕਰ ਲੈਂਦੇ ਹੋ, ਤੁਸੀਂ ਪਿੱਛੇ ਵੀ ਕਾਰਵਾਈ ਕੀਤੀ ਸੀ ਜਿਹੜੇ 150-150 ਗੈਦਰਿੰਗ ਕੀਤੀ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਿਤੇ ਵੀ ਗਵਰਨਮੈਂਟ ਦਾ ਤਾਂ ਜੇ 20 ਤੋਂ ਜ਼ਿਆਦਾ ਬੰਦੇ ਹੁੰਦੇ ਆ ਤੇ ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੁੰਦੀ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਹਾਂ। ਸਰ, ਹੁਣ ਤੁਸੀਂ ਫਰੰਟ ਲਾਈਨ ਫਰੰਟ ਲਾਈਨ ਤੇ ਕੰਮ ਕਰਦੇ ਹੋ, ਜਿਸ ਤਰ੍ਹਾਂ ਕਿ ਤੁਸੀਂ ਆਪਣੇ ਘਰ ਵੀ ਜਾਂਦੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਵਾ? ਮਹਿਸੂਸ ਸਾਨੂੰ ਗਵਰਨਮੈਂਟ ਦੀ ਡਿਊਟੀ ਕਰਦੇ ਹੈਗੇ ਹਾਂ, ਘਰ ਜਾਣ ਤੋਂ ਪਹਿਲਾਂ ਅਸੀਂ ਆਪਣਾ ਜਾ ਕੇ ਅਸੀਂ ਆਪਣੇ ਕੱਪੜੇ ਲਾ ਕੇ ਅਸੀਂ ਨਹਾ ਧੋ ਕੇ ਫਿਰ ਅਸੀਂ ਆਪਣੇ ਬੱਚਿਆਂ ਦੇ ਵਿਹਨੇ ਜਾ ਕੇ। ਕਿਤੇ ਨਾ ਕਿਤੇ ਲੱਗਦਾ ਨਹੀਂ ਤੁਹਾਨੂੰ ਡਰ ਨਹੀਂ ਹੁੰਦਾ ਹੋਊਗਾ ਕਿ ਅਸੀਂ ਰੋਜ਼ ਹਰ ਇੱਕ ਬੰਦੇ ਦੇ ਵਿੱਚ ਵਿਚਰਦੇ ਆ, ਕਿਤੇ ਨਾ ਕਿਤੇ ਸਾਨੂੰ ਵੀ ਕਰੋਨਾ ਹੀ ਆਪਣੀ ਜਾਨ ਦੀ ਨਾ ਰੱਖਿਆ ਕਰਦੇ, ਵੀ ਲੋਕਾਂ ਦੀ ਸੇਵਾ ਕਰਦੇ ਪਏ ਆ, ਕਿਤੇ ਨਾ ਕਿਤੇ ਲੱਗਦਾ ਨਹੀਂ ਡਰ ਕਿ ਬੱਚਿਆਂ ਦੇ ਵਿੱਚ ਵੀ ਜਾਣਾ ਵਾ, ਕਿਤੇ ਬੱਚਿਆਂ ਨੂੰ ਵੀ ਕੋਈ ਸਾਈਡ ਇਫੈਕਟ ਨਾ ਹੋ ਜਾਵੇ? ਨਹੀਂ ਨਹੀਂ, ਅਸੀਂ ਸਾਨੂੰ ਇਦਾਂ ਦਾ ਕੁਝ ਨਹੀਂ ਮਹਿਸੂਸ ਹੁੰਦਾ। ਜੇ ਅਸੀਂ ਇਦਾਂ ਮਹਿਸੂਸ ਕਰਾਂਗੇ ਤਾਂ ਅਸੀਂ ਫਿਰ ਨੌਕਰੀ ਨਹੀਂ ਕਰ ਸਕਦੇ। ਅਸੀਂ ਤਾਂ ਆਪਣਾ ਸਾਰਾ ਕੁਝ ਜਿੰਨਾ ਵੀ ਸਾਡੀ ਜੋ ਡਿਊਟੀ ਬਣਦੀ ਗਵਰਨਮੈਂਟ ਦੀ ਦਾਤਾਂ, ਉਹ ਤਾਂ ਆਪਣੀ ਡਿਊਟੀ ਕਰਦੇ ਆ। ਲੋਕਾਂ ਨੂੰ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਵਾ ਤੁਹਾਨੂੰ, ਜੋ ਤੁਸੀਂ ਸਵੇਰੇ ਡਿਊਟੀ ਤੇ ਚਾੜੇ ਜਾਂਦੇ ਹੋ 24 ਘੰਟੇ ਡਿਊਟੀ ਕਰਦੇ, ਲੋਕਾਂ ਨੂੰ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ? ਲੋਕੀ ਠੀਕ ਆ, ਜੋ ਲੋਕਾਂ ਨੂੰ ਠੀਕ ਮਿਲ ਰਿਹਾ, ਪਰ ਕਈ ਲੋਕੀ ਵਿਰੋਧ ਵੀ ਕਰਦੇ ਵੀ ਦੁਕਾਨਾਂ ਸਾਡੀਆਂ ਕਿਉਂ ਬੰਦ ਹੈਗੀਆਂ, ਜਿਹੜੀਆਂ ਸਾਰੀਆਂ ਦੁਕਾਨਾਂ ਖੁੱਲੀਆਂ ਜਾਣ, ਅਤੇ ਅਸੀਂ ਫਿਰ ਵੀ ਜੋ ਗੌਰਮੈਂਟ ਦੀਆਂ ਹਦਾਇਤਾਂ ਆ ਦੁਕਾਨਾਂ ਜਿਹੜੀਆਂ ਖੁੱਲਦੀਆਂ ਉਹ ਖੁੱਲਣ ਦੇਣੀਆਂ, ਬਾਕੀ ਦੁਕਾਨ ਅਸੀਂ ਕੋਈ ਨਹੀਂ ਖੁੱਲਣ ਦੇਣੀ। ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਹੋਰਾਂ ਦੀਆਂ ਦੁਕਾਨਾਂ ਖੁੱਲੀਆਂ ਪਈਆਂ, ਸਾਡੀਆਂ ਖੁੱਲੀਆਂ ਨਹੀਂ ਪਈਆਂ। ਅਸੀਂ ਉਹਨਾਂ ਲੋਕਾਂ ਨੂੰ ਅਵੇਅਰ ਵਾਰੀ ਵਾਰੀ ਅਸੀਂ ਆਪਣੇ ਅਤੇ ਪਬਲਿਕ ਅਨਾਊਂਸਮੈਂਟ ਕਰਦੇ ਹਾਂ, ਆਪਣੀ ਗੱਡੀ ਦਾ ਸਪੀਕਰ ਲਾਇਆ ਹੋਇਆ, ਅਸੀਂ ਹਰ ਰੋਜ਼ ਸਵੇਰੇ ਸ਼ਾਮ ਅਸੀਂ ਦੁਪਹਿਰ ਨੂੰ ਵੀ ਅਸੀਂ ਇਹਨਾਂ ਨੂੰ ਪਬਲਿਕ ਅਡਰੈਸ ਕਰਦੇ ਪਏ ਹਾਂ ਵੀ ਜੋ ਜੋ ਗਵਰਨਮੈਂਟ ਦੀਆਂ ਹਦਾਇਤਾਂ ਅਸੀਂ ਦੱਸਦੇ ਪਏ ਉਹਨਾਂ ਨੂੰ। ਅੱਗੇ ਨਾਲੋਂ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਪਬਲਿਕ ਦੇ ਸਹਿਯੋਗ ਦੇ ਨਾਲ, ਕਿਸ ਤਰ੍ਹਾਂ ਠੀਕ ਠਾਕ ਚੱਲ ਰਿਹਾ? ਕਾਫੀ ਸਾਡਾ ਜਲੰਧਰ ਕਾਫੀ ਠੀਕ ਹੈਗਾ ਆ ਬਾਕੀਆਂ ਨਾਲੋਂ, ਅਤੇ ਸਾਡੇ ਸਾਰੀ ਸਖਤਾਈ ਵੀ ਪੂਰੀ ਹੈਗੀ ਆ ਅਤੇ ਲੋਕਾਂ ਨੂੰ ਅਵੇਅਰ ਵੀ ਕਰਦੇ ਹਾਂ। ਮੈਂ ਤਾਂ ਲੋਕਾਂ ਨੂੰ ਇਹ ਕਹੂੰਗਾ ਵੀ ਸਾਰੇ ਲੋਕ ਆਪਣਾ ਆਪਣਾ ਮਾਸਕ ਲਾ ਕੇ ਰੱਖਣ, 2 ਗਜ਼ ਦੀ ਦੂਰੀ ਬਣਾ ਕੇ ਰੱਖਣ ਅਤੇ ਵਾਰੀ ਵਾਰੀ ਆਪਣੇ ਹੱਥ ਧੋਣ। ਅਗਰ ਜੇ ਕੋਈ ਫਿਰ ਵੀ ਲਾਪਰਵਾਹੀ ਵਰਤਦਾ ਨਜ਼ਰ ਆ ਰਿਹਾ, ਕੀ ਕਾਰਵਾਈ ਕੀਤੀ ਜਾਵੇਗੀ? ਜਿਸ ਤਰ੍ਹਾਂ ਲੋਕ ਟੈਂਪੂ ਹੀ ਲਾ ਲਓ, ਟੈਂਪੂ ਦੇ ਵਿੱਚ ਵੀ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ, ਉਹਦੇ ਖਿਲਾਫ ਜੋ ਗਵਰਨਮੈਂਟ ਦੇ ਕਾਨੂੰਨ ਬਣਿਆ ਉਹ ਕਾਨੂੰਨ ਅਨੁਸਾਰ ਅਸੀਂ ਕਾਰਵਾਈ ਕਰਦੇ ਹਾਂ। ਜਲੰਧਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੇਰਾ ਜਲੰਧਰ ਵਾਸੀਆਂ ਨੂੰ ਇਹ ਮੈਸੇਜ ਆ ਕਿ ਆਪਣੇ ਮਾਸਕ ਲਗਾ ਕੇ ਰੱਖੋ, ਦੂਰੀ ਬਣਾ ਕੇ ਰੱਖੋ, ਬਗੈਰ ਕੰਮ ਤੋਂ ਘਰਾਂ ਤੋਂ ਬਾਹਰ ਆਪਣੇ ਨਾ ਨਿਕਲੋ, ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰੋਂ ਨਿਕਲਿਆ ਜਾ ਸਕੇ। ਜਿੰਨਾ ਅਸੀਂ ਆਪਣੇ ਲੋਕਡਾਊਨ ਦੀ ਆਪਾਂ ਸਹੀ ਪਾਲਣਾ ਕਰਾਂਗੇ, ਉਹਨਾਂ ਆਪਾਂ ਬਿਮਾਰੀ ਤੋਂ ਆਪਾਂ ਬਚਾਂਗੇ। ਜਿਸ ਤਰ੍ਹਾਂ ਦੀ ਦੱਸਿਆ ਕਿ ਲੋਕਾਂ ਨੂੰ ਅਪੀਲ ਕਰਦੇ ਹੋ ਘਰਾਂ 'ਚੋਂ ਬਾਹਰ ਨਾ ਨਿਕਲੋ, ਪਰ ਫਿਰ ਵੀ ਲੋਕ ਬਹਾਨਾ ਲਾ ਕੇ ਚੱਲ ਜਾਂਦੇ ਨੇ, ਜਾਂ ਪੁਲਿਸ ਰੋਕਦੀ ਹੈ ਬਹਾਨਾ ਲਾ ਦਿੰਦੇ ਨੇ ਹੋਸਪਿਟਲ ਚੱਲੇ ਹੋ ਜਾਂ ਕੁਝ ਹੋਰ ਕੋਈ ਬਹਾਨਾ ਲਾ ਕੇ ਨਿਕਲ ਜਾਂਦੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਤਾਂ ਇਹ ਕਹਾਂ ਵੀ ਬਗੈਰ ਕੰਮ ਤੋਂ ਨਾ ਨਿਕਲੋ, ਜਿਹੜਾ ਜੈਨੂਇਨ ਹੁੰਦਾ, ਕੋਈ ਬੰਦਾ ਬਿਮਾਰ ਹੁੰਦਾ ਜਾਂ ਕਿਸੇ ਦਾ ਕੁਝ ਬਹੁਤ ਐਮਰਜੈਂਸੀ ਹੁੰਦੀ, ਉਹਨੂੰ ਅਸੀਂ ਨਹੀਂ ਕੁਛ ਕਹਿੰਦੇ। ਬਿਲਕੁਲ, ਜਿਸ ਤਰ੍ਹਾਂ SHO 3 ਦੇ ਨਾਲ ਗੱਲਬਾਤ ਕੀਤੀ, ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਬੇਪਰਵਾਹ ਲੋਕ ਨੇ ਬੇਫਜ਼ੂਲ ਸੜਕਾਂ 'ਤੇ ਨਾ ਨਿਕਲਣ, ਤਾਂ ਕਿ ਜਿਹੜਾ ਕਰੋਨਾ